ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਕਾਫੀ ਜਾਣੇ ਕਹਿੰਦੇ ਸੀਗੇ ਕਿ ਦੀਦੀ ਵੱਡੀਆਂ ਵੀਡੀਓਜ਼ ਵੀ ਪਾਇਆ ਕਰੋ ਮੇਰੇ ਲਈ ਉਹ ਕੰਮ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ ਬਿਕੋਜ਼ ਮੇਰੀ ਲਾਈਫ ਬਹੁਤ ਬਿਜ਼ੀ ਹੁੰਦੀ ਆ ਬਟ ਮੈਂ ਅੱਜ ਕੋਸ਼ਿਸ਼ ਕਰਾਂਗੀ ਅੱਜ ਸੀਗਾ ਸੈਟਰਡੇ ਅਤੇ ਮੈਂ ਆਪਣੀਆਂ ਮੀਲਸ ਵਗੈਰਾ ਸ਼ੇਅਰ ਕਰੂੰਗੀ ਜਿਹੜੀਆਂ ਅਸੀਂ ਘਰ ਬਣਾਈਆਂ ਅੱਜ ਅਤੇ ਸੈਟਰਡੇ ਨੂੰ ਸਾਰੇ ਜਣੇ ਡਿਮਾਂਡ ਕਰ ਰਹੇ ਸੀਗੇ ਕਿ ਕੁਛ ਜੰਕ ਵਗੈਰਾ ਖਾਣ ਨੂੰ ਮਨ ਕਰਨ ਦਿਆ ਸੋ ਬਾਹਰੋਂ ਅਸੀਂ ਖਾਂਦੇ ਨਹੀਂ ਹਾਂ ਇਸ ਕਰਕੇ ਮੈਂ ਰੈਡੀ ਕਰ ਰਹੀ ਹਾਂ ਜੀ ਮਨਚੂਰੀਅਨ ਪਹਿਲਾਂ ਪਲਾਨ ਸਿਰਫ ਮਨਚੂਰੀਅਨ ਦਾ ਸੀਗਾ ਮੇਰੀ ਤਿਆਰੀ ਵੀ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਸਿਰਫ ਮਨਚੂਰੀਅਨ ਦੀ ਹੋ ਰਹੀ ਆ ਬਟ ਫਿਰ ਹਸਬੈਂਡ ਐਂਡ ਫੈਮਿਲੀ ਵਾਲੇ ਸਾਰੇ ਕਹਿੰਦੇ ਨਾਲ ਨਿਊਡਲਸ ਤਾਂ ਬਣਨੇ ਜ਼ਰੂਰੀ ਆ ਅਤੇ ਫਿਰ ਉਹਨਾਂ ਨੇ ਮੇਰੀ ਹੈਲਪ ਕੀਤੀ ਅੱਗੇ ਅੱਗੇ ਤੁਸੀਂ ਦੇਖੋਗੇ ਅਤੇ ਫਿਰ ਅਸੀਂ ਬਣਾਏ ਜੀ ਮਨਚੂਰੀਅਨ ਅਤੇ ਨੂਡਲਸ ਅਤੇ ਸਾਰਿਆਂ ਨੇ ਕਾਫੀ ਇੰਜੋਏ ਕੀਤੇ ਬਾਕੀ ਰੈਸਪੀਜ਼ ਮੇਰੀ ਕੋਈ ਰੈਸਿਪੀ ਨਹੀਂ ਹੁੰਦੀ ਜੀ ਮੈਂ ਯੂਟਿਊਬ 'ਤੇ ਖੁਦ ਕਵਿਤਾਸ ਕਿਚਨ ਜਿਹੜੇ ਫੇਮਸ ਕੁਕਿੰਗ ਚੈਨਲ ਵਾਲੇ ਹੈਗੇ ਆ ਉਹਨਾਂ ਦੀਆਂ ਰੈਸਿਪੀਜ਼ ਹੀ ਫੋਲੋ ਕਰਦੀ ਹਾਂ ਹਮੇਸ਼ਾ ਮੇਰੀ ਖੁਦ ਦੀ ਕੋਈ ਰੈਸਿਪੀ ਨਹੀਂ ਹੁੰਦੀ ਅਤੇ ਮੇਰੇ ਲਈ ਰੈਸਿਪੀ ਸ਼ੂਟ ਕਰਨਾ ਵੀ ਬਹੁਤ ਔਖਾ ਕੰਮ ਲੱਗਦਾ ਮੈਨੂੰ ਮੇ ਬੀ ਹਾਲੇ ਮੇਰੇ 'ਚ ਐਡਾ ਵਧੀਆ ਸਕਿੱਲ ਨਹੀਂ ਹੈਗਾ ਬਟ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰੂੰਗੀ ਕਿ ਵੀਕਐਂਡ ਦੇ ਕੁਝ ਹਾਈਲਾਈਟਸ ਜੋ ਮੈਂ ਕੰਮ ਕਰਦੀ ਹਾਂ ਕਿਹੜੀ ਕਿਹੜੀ ਕੁਕਿੰਗ ਹੁੰਦੀ ਹੈ ਸਾਡੇ ਘਰ ਉਹ ਸਭ ਕੁਛ ਮੈਂ ਇਸ ਵਲੌਗ ਦੇ ਵਿੱਚ ਸ਼ੇਅਰ ਕਰੂੰਗੀ ਮਨਚੂਰੀਅਨ ਬੋਲਸ ਤਾਂ ਬਣ ਗਿਆ ਆ ਬਹੁਤ ਵਧੀਆ ਬਣੀਆਂ ਸੀਗੀਆਂ ਅਤੇ ਮੈਂ ਇੱਥੇ ਟੇਸਟ ਚੈੱਕ ਕਰ ਲਿਆ ਐਂਡ ਪਾਸ ਆ ਜੀ ਐਂਡ ਫਿਰ ਨਾਲ ਮੈਂ ਕਰ ਰਹੀ ਹਾਂ ਜੀ ਆਪਣਾ ਮਨਚੂਰੀਅਨ ਦਾ ਤੜਕਾ ਜਿਹਾ ਜਿਹੜਾ ਹੁੰਦਾ ਆ ਮਟੀਰੀਅਲ ਜਿਹਾ ਪਤਾ ਨਹੀਂ ਕੀ ਕਹਿੰਦੇ ਆ ਉਹ ਆਪਾਂ ਨਾਲ ਰੈਡੀ ਕਰ ਲਾਂਗੇ ਅਤੇ ਤੁਸੀਂ ਉਹ ਦੇਖ ਸਕਦੇ ਹੋ ਸ਼ਾਇਦ ਤੁਹਾਨੂੰ ਥੋੜ੍ਹੀ ਬਹੁਤੀ ਰੈਸਿਪੀ ਦਾ ਪਤਾ ਲੱਗ ਜਾਵੇ ਬਾਕੀ ਮੇਰੀ ਕੋਈ ਰੈਸਿਪੀ ਨਹੀਂ ਆ ਤੁਸੀਂ ਕਵਿਤਾ ਕਿਚਨ ਚੈਨਲ 'ਤੇ ਜਾ ਕੇ ਉਹਨਾਂ ਦੀ ਰੈਸਿਪੀ ਦੇਖ ਸਕਦੇ ਹੋ ਮੈਂ ਉਹਨਾਂ ਦੀ ਰੈਸਿਪੀ ਹੀ ਫੋਲੋ ਕੀਤੀ ਸੀਗੀ ਆ ਸਭ ਕੁਝ ਬਣਾਉਣ ਤੋਂ 2 ਮਿੰਟ ਪਹਿਲਾਂ ਹੀ ਮੈਂ ਸਾਰਾ ਜਿਹੜੇ ਭਾਂਡੇ ਵਗੈਰਾ ਸੀਗੇ ਉਹ ਮੈਂ ਡਿਸ਼ ਵਾਸ਼ਰ 'ਚ ਲਗਾਏ ਸੀਗੇ ਅਤੇ ਕੋਈ ਭਾਂਡੇ ਨਹੀਂ ਸੀ ਲੱਭ ਰਹੇ ਸੋ ਮੈਂ ਕਿਹਾ ਚਲੋ ਇਸੇ ਬਹਾਨੇ ਨਵੇਂ ਭਾਂਡੇ ਕੱਢ ਲੈਂਦੇ ਹਾਂ ਉਹਨਾਂ 'ਚ ਖਾ ਲੈਂਦੇ ਹਾਂ ਸੋ ਮੇਰੇ ਹਸਬੈਂਡ ਨੇ ਮੇਰੀ ਹੈਲਪ ਕੀਤੀ ਉਹਦੇ ਵਿੱਚ ਅਤੇ ਆਹ ਮਨਚੂਰੀਅਨ ਦੇ ਵਿੱਚ ਮੈਂ ਬਹੁਤ ਜ਼ਿਆਦਾ ਚਟਨੀਆਂ ਨਹੀਂ ਪਾਉਂਦੀ ਹੁੰਦੀ ਬਟ ਇਹਦੇ ਵਿੱਚ ਮੈਂ ਸਿਰਫ ਲਾਈਕ ਜਿੱਦਾਂ ਕੈਚਅਪ ਪਾਈ ਸੀਗੀ ਸੋਏ ਸੌਸ ਜਿਹੜੀਆਂ ਬੇਸਿਕ ਜਿਹੀਆਂ ਸੋਸਸ ਹੁੰਦੀਆਂ ਨਾ ਉਹੀ ਪਾਈਆਂ ਸੀਗੀਆਂ ਅਤੇ ਇੱਕ ਬੰਨੇ ਮਨਚੂਰੀਅਨ ਵਧੀਆ ਤਰੀਕੇ ਨਾਲ ਰੈਡੀ ਹੋ ਗਿਆ ਮੈਂ ਟੇਸਟ ਵੀ ਕਰਕੇ ਦੇਖ ਲਿਆ ਐਂਡ ਦੂਜੇ ਬੰਨੇ ਜੀ ਨੂਡਲਸ ਜਿਹੜੇ ਆ ਉਹ ਬਣ ਰਹੇ ਆ ਕੈਚਅਪ ਥੋੜ੍ਹੀ ਜਿਹੀ ਘੱਟ ਲੱਗੀ ਸੀ ਮੈਂ ਪਾ ਦਿੱਤੀ ਬਾਹਰ ਵਰਗਾ ਤਾਂ ਨਹੀਂ ਬਣਦਾ ਓਨੈਸਟਲੀ ਕਰੀਏ ਬਟ ਆਪਾਂ ਬਾਹਰੋਂ ਖਾਂਦੇ ਨਹੀਂ ਆ ਸੋ ਆ ਗੁਜ਼ਾਰੇ ਜੋਗਾ ਵਧੀਆ ਬਣ ਜਾਂਦਾ ਆ ਹੁਣ ਆਪਾਂ ਬਣਾਵਾਂਗੇ ਜੀ ਨੂਡਲਸ ਅਤੇ ਉਹਨਾਂ ਨੂੰ ਜਿਹੜਾ ਉਹਦਾ ਸਿੰਪਲ ਜਿਹਾ ਤੜਕਾ ਜਿਹਾ ਹੁੰਦਾ ਆ ਉਹ ਆਪਾਂ ਬਣਾ ਲੈਂਦੇ ਹਾਂ ਆਈ ਡੋਂਟ ਨੋ ਤੁਸੀਂ ਕਮੈਂਟ ਕਰਕੇ ਦੱਸਿਓ ਜਦੋਂ ਵੀ ਮੈਂ ਹੱਕਾ ਨੂਡਲਸ ਘਰ ਬਣਾਉਂਦੀ ਹਾਂ ਮੇਰੇ ਕੋਲ ਬਾਹਰ ਵਰਗਾ ਕਲਰ ਨਹੀਂ ਆਉਂਦਾ ਮੈਂ ਚਿੰਗ ਦੀ ਡਾਰਕ ਸੋਏ ਸੌਸ ਵੀ ਯੂਜ਼ ਕਰਕੇ ਦੇਖੀ ਆ ਬਟ ਉਹ ਜਿਹੜਾ ਬਾਹਰ ਵਾਲਾ ਕਲਰ ਹੁੰਦਾ ਸੀਗਾ ਨਾ ਡਾਰਕ ਬਰਾਊਨਿਸ਼ ਜਿਹਾ ਉਹ ਕਲਰ ਮੇਰੇ ਕੋਲ ਕਦੀ ਨੂਡਲਸ ਦਾ ਘਰ ਨਹੀਂ ਆਉਂਦਾ ਅਤੇ ਜੇ ਮੈਂ ਉਹ
ਜ਼ਿਆਦਾ ਸੋਇਆ ਸੋਸ ਯੂਜ਼ ਕਰਦੀ ਹਾਂ ਤਾਂ ਫਿਰ ਟੇਸਟ ਖਰਾਬ ਜਿਹਾ ਹੋ ਜਾਂਦਾ ਆ, ਖੱਟਾ ਜਿਹਾ ਜ਼ਿਆਦਾ ਹੋ ਜਾਂਦਾ, ਬਕਬਕਾ ਜਿਹਾ। ਸੋ ਅਗਰ ਤੁਹਾਨੂੰ ਪਤਾ ਹੈ ਤੁਸੀਂ ਕਮੈਂਟ ਕਰਕੇ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਣਾ। ਅਗਰ ਤੁਹਾਡੇ ਕੋਲ ਕੋਈ ਵਧੀਆ ਰੈਸਿਪੀ ਆ ਜਾਂ ਯੂਟਿਊਬ 'ਤੇ ਤੁਸੀਂ ਕਿਸੇ ਦੀ ਰੈਸਿਪੀ ਫੋਲੋ ਕਰ ਦਿਓ ਤਾਂ ਮੈਨੂੰ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੈਂ ਪਹਿਲਾਂ ਗੱਲ ਕਰ ਰਹੀ ਸੀਗੀ ਕਿ ਨੂਡਲਸ ਦਾ ਉਹ ਵਾਲਾ ਕਲਰ ਨਹੀਂ ਆਉਂਦਾ, ਡਾਰਕ ਵਾਲਾ, ਆਈ ਡੋਂਟ ਨੋ ਲਾਈਟ ਜਿਹਾ ਰਹਿ ਜਾਂਦਾ ਆ, ਸ਼ਾਇਦ ਘਰ ਆਉਂਦਾ ਹੀ ਨਹੀਂ ਹੈਗਾ, ਬਟ ਪਤਾ ਨਹੀਂ ਉਹ ਕੀ ਪਾਉਂਦੇ ਆ ਬਾਹਰ ਦੇ ਲੋਕ। ਬਾਕੀ ਫਿਰ ਸ਼ਾਮ ਨੂੰ ਖਾ ਪੀ ਕੇ ਮੈਂ ਹੁਣ ਹੋ ਰਹੀ ਹਾਂ ਜੀ ਰੈਡੀ ਗੁਰਦੁਆਰਾ ਸਾਹਿਬ ਜਾਣ ਲਈ। ਹਰ ਸ਼ਨੀਵਾਰ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਦਰਸ਼ਨ ਕਰ ਆਈਏ, ਕਿਉਂਕਿ ਵੀਕ 'ਚ ਕਾਫੀ ਬਿਜ਼ੀ ਹੋ ਜਾਂਦਾ ਆ। ਸੋ ਮੈਂ ਰੈਡੀ ਹੋ ਰਹੀ ਹਾਂ ਅਤੇ ਆਪਾਂ ਆਪਣੇ ਦਮਾਲਾ ਆਪਣਾ ਸਜਾ ਲਿਆ, ਚੇਂਜ ਕਰ ਲਿਆ ਅਤੇ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ। ਵਿੰਟਰਸ ਦੇ ਵਿੱਚ ਸੂਟਾਂ ਦੀ ਸਾਰੀ ਟੌਰ ਹੀ ਚੱਲ ਜਾਂਦੀ ਆ, ਖਰਾਬ ਹੋ ਜਾਂਦੀ ਆ। ਪਹਿਲਾਂ ਮੈਂ ਪੂਰੀ ਚੰਗੀ ਤਰ੍ਹਾਂ ਤਿਆਰ ਹੋਈ, ਫਿਰ ਥੱਲੇ ਜਾ ਕੇ ਯਾਦ ਆਇਆ ਜੈਕਟ ਪਾਉਣੀ ਪੈਣੀ ਆ, ਬਾਹਰ ਠੰਡ ਬਹੁਤ ਆ। ਸੋ ਇੱਕ ਤਾਂ ਕੰਬਲ ਜਿਹਾ ਪੈ ਜਾਂਦਾ ਆ, ਨਾਲੇ ਹੁਣੇ ਹੁਣੇ ਵਿੰਟਰ ਸਟਾਰਟ ਹੋਈ ਆ ਕੈਨੇਡਾ ਦੇ ਵਿੱਚ ਅਤੇ ਇੰਨੀ ਆਦਤ ਜੀ ਨਹੀਂ ਪਈ ਜੈਕਟਸ ਪਾਉਣ ਦੀ, ਬਟ ਦੋ ਚਾਰ ਵਾਰੀ ਪਾ ਲਈ ਨਾ ਫਿਰ ਆਪਾਂ ਨੂੰ ਆਦਤ ਵਧੀਆ ਪੈ ਜਾਂਦੀ ਹੁੰਦੀ ਆ। ਅਤੇ ਬਸ ਜੀ ਹੁਣ ਅੱਜ ਦਾ ਦਿਨ ਇਹੀ ਸੀਗਾ ਅਤੇ ਮੈਂ ਤੁਹਾਨੂੰ ਮਿਲੂੰਗੀ ਆਪਣੀ ਵੀਕਐਂਡ ਦੇ ਅਗਲੇ ਦਿਨ, ਦੈਟ ਇਜ਼ ਸੰਡੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੇ ਤੁਸੀਂ ਸੇਮ ਵਲੋਗ 'ਚ ਹੀ ਹੋ ਹਲੇ ਵੀ, ਤਾਂ ਮੈਂ ਸੰਡੇ ਦੀ ਮੋਰਨਿੰਗ ਨੂੰ ਪ੍ਰਿਪੇਅਰ ਕਰ ਰਹੀ ਹਾਂ ਜੀ ਬ੍ਰੇਕਫਾਸਟ, ਅਤੇ ਉਹਦੇ ਵਿੱਚ ਬਣ ਰਿਹਾ ਆ ਪੋਹਾ। ਮੈਂ ਇੰਡੀਆ ਦੇ ਵਿੱਚ ਤਾਂ ਪਹਿਲਾਂ ਕਦੀ ਨਹੀਂ ਸੀ ਖਾਧਾ, ਬਟ ਜਦੋਂ ਦੇ ਆਪਾਂ ਕੈਨੇਡਾ ਮੂਵ ਹੋਏ ਹਾਂ ਪਰੌਂਠੇ ਪਰੌਂਠੇ ਥੋੜ੍ਹੇ ਘੱਟ ਖਾਈਦੇ ਆ, ਸੋ ਹੈਲਦੀ ਆਪਸ਼ਨਸ ਵੇਖੀ ਦੀਆਂ ਆ। ਸੋ ਮੈਂ ਅੱਜ ਬਣਾ ਰਹੀ ਹਾਂ ਜੀ ਕਿਚਨ ਦੇ ਵਿੱਚ ਪੋਹਾ। ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਕਿ ਸੈਟਰਡੇ ਸੰਡੇ ਤੁਹਾਡੇ ਘਰ ਬ੍ਰੇਕਫਾਸਟ ਦੇ ਵਿੱਚ ਹੈਲਦੀ ਆਪਸ਼ਨਸ ਦੇ ਵਿੱਚ ਕੀ ਬਣਦਾ ਆ। ਅਸੀਂ ਕੋਸ਼ਿਸ਼ ਕਰੀਦੀ ਆ ਹੈਲਦੀ ਖਾਣ ਦੀ, ਬਟ ਕੁਝ ਨਾ ਕੁਝ ਤਾਂ ਜੰਕ ਜ਼ਰੂਰ ਬਣਨਾ ਹੁੰਦਾ ਆ ਵੀਕਐਂਡ 'ਤੇ, ਜਿੱਦਾਂ ਪੀਜ਼ਾ ਹੋ ਗਿਆ, ਕੱਲ੍ਹ ਮਨਚੂਰੀਅਨ ਨੂਡਲਸ ਬਣੇ ਸੀਗੇ, ਬਸ ਇਹ ਸਭ ਚੱਲਦਾ ਰਹਿੰਦਾ ਆ। ਬ੍ਰੇਕਫਾਸਟ ਕਰਨ ਤੋਂ ਬਾਅਦ ਮੈਂ ਕੁਝ ਕੁ ਕੰਮ ਕਰਨ ਜਾਣੀ ਸੀ, ਥੋੜ੍ਹੀ ਬਹੁਤੀ ਸ਼ੋਪਿੰਗ ਕਰਨ ਜਾਣੀ ਸੀਗੀ। ਸੋ ਆਪਾਂ ਹੋ ਗਏ ਹਾਂ ਜੀ ਰੈਡੀ। ਮੈਂ ਆਪਣੇ ਮੂੰਹ 'ਤੇ ਕਾਫੀ ਸਾਰੀ ਸਨਸਕ੍ਰੀਨ ਥੱਪ ਲਈ ਆ, ਅਤੇ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ, ਕੁਝ ਸ਼ਿਪਮੈਂਟਸ ਡਰੋਪ ਕਰਨੀਆਂ ਆ। ਐਂਡ ਸ਼ਿਪਮੈਂਟਸ ਡਰੋਪ ਕਰਨ ਤੋਂ ਬਾਅਦ ਮੈਂ ਥੋੜ੍ਹੀ ਬਹੁਤੀ ਆਪਣੇ ਵਾਸਤੇ ਕੱਪੜੇ ਕੁਪੜੇ ਲੈਣ ਜਾਣੇ ਆ, ਵੇਖਦੇ ਹਾਂ ਜੇ ਕੁਛ ਪਸੰਦ ਆਉਂਦਾ ਹੈ ਤਾਂ ਆਪਾਂ ਲੈ ਕੇ ਆਵਾਂਗੇ। ਸਭ ਤੋਂ ਪਹਿਲਾਂ ਸਟੋਪ ਮੈਂ ਲਿਆ ਜੀ ਸਟੇਪਲਸ, ਅਤੇ ਮੈਂ ਕੁਝ ਚੀਜ਼ਾਂ ਜਿਹੜੀਆਂ ਸੀਗੀਆਂ ਡਰੋਪ ਕਰਨੀਆਂ ਸੀ, ਕੁਝ ਪਿਕਅਪ ਕਰਨੀਆਂ ਸੀਗੀਆਂ, ਅਤੇ ਮੇਰੀ ਆਲਮੋਸਟ ਇੱਥੇ ਲੜਾਈ ਹੋ ਗਈ ਸੀ। ਪਤਾ ਨਹੀਂ ਇਹਨਾਂ ਦੇ ਸਟਾਫ ਦੀ ਆਪਸ 'ਚ ਅੰਡਰਸਟੈਂਡਿੰਗ ਨਹੀਂ ਹੁੰਦੀ, ਇੱਕ ਜਣਾ ਕੁਝ ਕਹਿੰਦਾ ਆ, ਦੂਜਾ ਜਣਾ ਅਗਲੇ ਦਿਨ ਕੁਝ ਕਹਿੰਦਾ ਆ। ਜੇ ਤੁਹਾਡੇ ਨਾਲ ਵੀ ਇੱਦਾਂ ਹੁੰਦਾ ਤਾਂ ਮੈਨੂੰ ਕਮੈਂਟ ਕਰਕੇ ਦੱਸਣਾ। ਉਹ ਕਰਨ ਤੋਂ ਬਾਅਦ ਫਿਰ ਅਸੀਂ ਆਏ ਜੀ ਹਡਸਨਸ ਬੇ। ਐਕਚੁਲੀ ਅਸੀਂ ਸਾਊਥ ਗੇਟ ਮੋਲ ਗਏ ਸੀ, ਸੋ ਆਪਾਂ ਐਂਟਰ ਇੱਧਰ ਦੀ ਕੀਤੇ ਸੀ। ਇੱਥੇ ਕਾਫੀ ਵਧੀਆ ਗਿਫਟ ਦੀਆਂ ਡੀਲਸ ਆ ਚੁੱਕੀਆਂ ਆ, ਅਗਰ ਕੋਈ ਇੰਟਰਸਟਿਡ ਆ। ਪਹਿਲਾਂ ਮੈਂ ਆਹ ਡੱਬਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਖੁੱਲ੍ਹਿਆ ਨਹੀਂ, ਮੈਂ ਕਿਹਾ ਛੱਡ ਪਰ ਯਾਰ ਮੈਂ ਕਿਹੜਾ ਲੈਣਾ। ਫਿਰ ਮੈਂ ਆਹ ਦੇਖਿਆ, ਮੈਨੂੰ ਬਹੁਤ ਪਸੰਦ, ਮੇਰੇ ਹਸਬੈਂਡ ਨੂੰ ਬਹੁਤ ਵਧੀਆ ਲੱਗੀ ਸੀ ਇਹਦੀ ਫ੍ਰੈਗਰੈਂਸ, ਬਟ ਇਹਦੇ ਵਿੱਚ ਸ਼ੇਵਿੰਗ ਕਰੀਮ ਸੀਗੀ ਜਿਹੜੀ ਸਾਡੀ ਕਿਸੇ ਕੰਮ ਨਹੀਂ ਸੀਗੀ, ਅਤੇ ਫਿਰ ਆਪਾਂ ਰਹਿਣ ਦਿੱਤਾ, ਬਟ ਇਹ ਥੋੜ੍ਹਾ ਪ੍ਰਾਈਸ 'ਚ ਗੁੱਡ ਸੀਗਾ। ਫਿਰ ਮੈਂ ਜ਼ਾਰਾ ਅਤੇ ਆਹ ਵਾਲੇ ਸ਼ੂ ਟਰਾਈ ਕੀਤੇ, ਅਤੇ ਮੈਂ ਲੈ ਕੇ ਨਹੀਂ ਆਈ, ਬਿਕੋਜ਼ ਮੈਂ ਕਿਹਾ ਚਲੋ ਮੈਂ ਪਹਿਲਾਂ ਘਰ ਜਾਊਂਗੀ, ਪਹਿਲਾਂ ਮੈਂ ਸਰਚ ਕਰੂੰਗੀ ਕਿ ਸ਼ੂਜ਼ ਦੇ ਨਾਲ ਮੈਂ ਕਿੱਦਾਂ ਦੀਆਂ ਜੀਨਸ ਪਾ ਸਕਦੀ ਹਾਂ, ਮੇਰੇ ਕੋਲ ਉੱਦਾਂ ਦੇ ਕੱਪੜੇ ਹੈਗੇ ਵੀ ਆ ਕਿ ਨਹੀਂ। ਸੋ ਮੈਂ ਇੱਥੋਂ ਆਹ ਚੀਜ਼ ਨਹੀਂ ਲੈ ਕੇ ਆਈ। ਫਿਰ ਅਸੀਂ ਰੁਕੇ ਜੀ ਗਰੋਸਰੀ ਕਰਨ ਵਾਸਤੇ ਵਾਲਮਾਰਟ, ਅਤੇ ਆਹ ਥੋੜ੍ਹਾ ਬਹੁਤਾ ਸਮਾਨ ਲਿਆ ਅਤੇ ਘਰ ਆਏ। ਘਰ ਆਣ ਕੇ ਬੜੀ ਭੁੱਖ ਲੱਗੀ ਸੀ, ਕਿਉਂਕਿ ਲੰਚ ਸਕਿੱਪ ਕੀਤਾ ਸੀ ਸਵੇਰ ਦਾ, ਬਸ ਪੋਹਾ ਹੀ ਖਾਧਾ ਸੀਗਾ। ਸੋ ਮੈਂ ਕੁਇਕਲੀ ਬਣਾ ਲਏ ਜੀ
ਆਈ ਡੋਨਟ ਨੋ ਇਹਨੂੰ ਕੀ ਕਹਿੰਦੇ, ਬਸ ਸੈਂਡਵਿਚ ਜੇ ਸੀਗੀ, ਪੀਜ਼ਾ ਸੈਂਡਵਿਚ, ਪੀਜ਼ਾ ਫਲੇਵਰ ਦੇ, ਅਤੇ ਮੈਂ ਬਸ ਇਹਦੇ 'ਤੇ ਟਮੈਟੋ ਸੋਸ ਲਗਾਈ, ਫਿਰ ਥੋੜ੍ਹੀਆਂ ਜਿਹੀਆਂ ਮੈਂ ਬਨਾਨਾ ਪੈਪਰਸ ਕੱਟ ਕੇ ਪਾਈਆਂ ਅਤੇ ਚੀਜ਼ ਪਾ ਲਈ, ਅਤੇ ਇਹਨੂੰ ਅਸੀਂ ਏਅਰ ਫਰਾਇਰ ਦੇ ਵਿੱਚ ਬੇਕ ਕਰ ਲਿਆ, ਅਤੇ ਨਾਲ ਨਾਲ ਅਸੀਂ ਬਣਾਈ ਜੀ ਚਾਹ, ਕਿਉਂਕਿ ਚਾਹ ਤਾਂ ਜ਼ਰੂਰੀ ਆ ਜੀ, ਉਹਦੇ ਬਿਨਾਂ ਤਾਂ ਸਾਡਾ ਸਰਦਾ ਨਹੀਂ। ਆ ਸੈਂਡਵਿਚਸ ਬਹੁਤ ਵਧੀਆ ਬਣੇ ਸੀਗੇ, ਬੜੇ ਕੁਇਕ ਜਿਹੇ ਹੁੰਦੇ ਆ ਏਅਰ ਫਰਾਇਰ ਦੇ ਵਿੱਚ, 5 ਮਿੰਟ ਤੋਂ ਘੱਟ ਟਾਈਮ ਲੱਗਦਾ ਇਹਨਾਂ ਨੂੰ ਬਣਨ 'ਤੇ, ਉੱਧਰ ਮੇਰੀ ਚਾਹ ਵੀ ਉੱਬਲ ਗਈ ਦੇਖ ਲਓ। ਬਟ ਐਨੀਵੇਜ਼, ਅਤੇ ਇੱਕ ਤਾਂ ਆ ਮੈਨੂੰ ਕਿਉਂ ਨਾ ਮੇਰੀ ਹਿੰਮਤ ਮੈਂ ਹਾਰ ਚੁੱਕੀ ਹਾਂ, ਮੈਂ ਹਮੇਸ਼ਾ ਚਾਹ ਮੇਰੇ ਕੋਲ ਜਦੋਂ ਵੀ ਮੈਂ ਪਾਉਣ ਦੀ ਕੋਸ਼ਿਸ਼ ਕਰਦੀ ਹਾਂ ਮੇਰੇ ਤੋਂ ਡੁੱਲਦੀ ਹੀ ਡੁੱਲਦੀ ਆ। ਸੋ ਮੈਂ ਹੁਣ ਤਾਂ ਇਸ ਚੀਜ਼ ਨੂੰ ਬੋਦਰ ਵੀ ਨਹੀਂ ਹੁੰਦੀ ਇਸ ਚੀਜ਼ ਤੋਂ। ਐਨੀਵੇਜ਼, ਫਿਰ ਸ਼ਾਮ ਦੇ ਟਾਈਮ ਮੇਰੇ ਆਰਡਰਸ ਪੈਂਡਿੰਗ ਸੀਗੇ ਕਾਫੀ, ਅਤੇ ਮੈਂ ਉਹਨਾਂ ਦੇ ਉੱਤੇ ਕੰਮ ਕੀਤਾ, ਅਤੇ ਮੈਨੂੰ ਆਲਮੋਸਟ 2 ਤੋਂ 3 ਘੰਟੇ ਲੱਗ ਹੀ ਜਾਂਦੇ ਆ ਇੱਕ ਸੈਸ਼ਨ ਦੇ ਵਿੱਚ ਆਪਣਾ ਕੰਮ ਖਤਮ ਕਰਦੇ ਆ। ਆਈ ਨੋ ਆ ਮੇਰੀ ਜਗ੍ਹਾ ਥੋੜ੍ਹੀ ਮੈਸੀ ਲੱਗ ਰਹੀ ਆ, ਬਟ ਕਹਿੰਦੇ ਹੁੰਦੇ ਆ ਨਾ ਜਿੱਥੇ ਮਿਹਨਤ ਕਰੀਦੀ ਆ, ਜਿੱਥੇ ਕੰਮ ਕਰੀਦਾ ਆ, ਉੱਥੇ ਇਹ ਨਹੀਂ ਵੇਖੀਦਾ ਕਿ ਕਿੰਨੀ ਕੁ ਸੋਹਣੀ ਜਗ੍ਹਾ ਆ। ਸੋ ਬਸ ਇਹ ਖਲਾਰਾ ਲੱਗ ਰਿਹਾ, ਬਟ ਇਹ ਖਲਾਰਾ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਯੂਜ਼ ਕਰਦੀ ਹਾਂ ਮੈਂ ਜਦੋਂ ਕੰਮ ਕਰ ਰਹੀ ਹੁੰਦੀ ਹਾਂ। ਸੋ ਮੇਰੇ ਹਿਸਾਬ ਦੇ ਨਾਲ ਇਹ ਸਫਾਈ ਹੀ ਆ, ਬਾਕੀ ਤੁਸੀਂ ਜੋ ਮਰਜ਼ੀ ਸਮਝ ਲਓ। ਆਪਣਾ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਲੌਂਡਰੀ ਵੀ ਪਾਈ ਹੋਈ ਸੀਗੀ ਦਿਨੇ, ਜਿਹੜੀ ਮੈਂ ਰਿਕਾਰਡ ਨਹੀਂ ਕੀਤੀ, ਬਟ ਹੁਣ ਮੈਂ ਉਹਨੂੰ ਤੈਅ ਕਰਕੇ ਆਪਣੀ ਕਲੋਜ਼ਟ ਦੇ ਵਿੱਚ ਰੱਖੂੰਗੀ। ਥੋੜ੍ਹੇ ਕੱਪੜੇ ਮੇਰੇ ਸੀਗੇ, ਥੋੜ੍ਹੇ ਮੇਰੇ ਹਸਬੈਂਡ ਦੇ ਸੀਗੇ, ਸੋ ਆਪਾਂ ਇਹਨੂੰ ਫੋਲਡ ਕਰਾਂਗੇ, ਅਤੇ ਨਾਲ ਨਾਲ ਮੈਂ ਗੱਲਾਂ ਬਾਤਾਂ ਕਰ ਰਹੀ ਹਾਂ ਆਪਣੇ ਹਸਬੈਂਡ ਦੇ ਨਾਲ। ਅਤੇ ਟਾਈਮ ਆਲਮੋਸਟ ਆਈ ਥਿੰਕ 8-9 ਵੱਜ ਗਏ ਹੋਣੇ ਆ, ਬਸ ਇਹ ਟਾਈਮ ਹੁੰਦਾ ਸਾਡਾ ਆਪਣੇ ਰੂਮ ਦੇ ਵਿੱਚ ਆ ਜਾਣਾ, ਫਿਰ ਜੋ ਛੋਟੇ ਮੋਟੇ ਕੰਮ ਹੋਣ ਅਗਲੇ ਦਿਨ ਦੀ ਤਿਆਰੀ ਹੋਵੇ ਅਸੀਂ ਉਹ ਕਰਨੀ ਸ਼ੁਰੂ ਕਰ ਦਿੰਦੇ ਹੁੰਦੇ ਹਾਂ। ਅਤੇ ਵੈਸੇ ਵੀ ਕੱਲ੍ਹ ਨੂੰ ਆ ਮੰਡੇ, ਸੋ ਮੇਰੇ ਲਈ ਬਹੁਤ ਜ਼ਰੂਰੀ ਆ ਕਿ ਮੈਂ ਸਾਰਾ ਕੰਮ ਘਰ ਦੇ ਜਿਹੜੇ ਆ ਉਹ ਸੈਟਰਡੇ ਸੰਡੇ ਮੋਸਟਲੀ ਸਫਾਈ ਵਗੈਰਾ ਕਲੀਨਿੰਗ ਵਗੈਰਾ ਸੈਟਰਡੇ ਸੰਡੇ ਨੂੰ ਹੀ ਕਰਨਾ, ਕਿਉਂਕਿ ਵੀਕਡੇਜ਼ ਦੇ ਵਿੱਚ ਥੋੜ੍ਹਾ ਜਿਹਾ ਮੇਰੇ ਲਈ ਔਖਾ ਹੋ ਜਾਂਦਾ ਸਕੈਜੂਲ ਦੇ ਅਕੋਰਡਿੰਗ। ਇਹ ਕਰਨ ਤੋਂ ਬਾਅਦ ਮੈਂ ਆਪਣੇ ਅਗਲੇ ਦਿਨ ਜਿਹੜੇ ਮੈਂ ਕੱਪੜੇ ਪਾ ਕੇ ਜਾਣੇ ਆ ਉਹ ਕੱਢ ਕੇ ਰੱਖ ਲਏ, ਨਾਲ ਦੀ ਨਾਲ ਮੈਂ ਆਪਣਾ ਬੈਗ ਜਿਹੜਾ ਸੀਗਾ ਉਹ ਵੀ ਤਿਆਰ ਕਰ ਲਿਆ, ਅਤੇ ਬਸ ਆਪਣੀ ਹੋ ਗਈ ਜੀ ਤਿਆਰੀ। ਅਤੇ ਬਸ ਇਹੀ ਸੀਗਾ ਅੱਜ ਦਾ ਮੇਰਾ ਵਲੌਗ, ਅਗਰ ਤੁਹਾਨੂੰ ਪਸੰਦ ਆਇਆ, ਵਧੀਆ ਲੱਗਾ, ਅਤੇ ਜੇ ਤੁਸੀਂ ਇੱਦਾਂ ਦੇ ਹੋਰ ਵੀ ਲੰਬੇ ਵਾਲੇ ਵਲੌਗਸ ਵਧੀਆ ਲੱਗਦੇ ਆ ਤੁਹਾਨੂੰ, ਜਾਂ ਆਈ ਡੋਂਟ ਨੋ ਜੇ ਤੁਸੀਂ ਮੇਰੀਆਂ ਇਹ ਵੀਡੀਓਜ਼ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਥੱਲੇ ਦੱਸਿਓ, ਅਤੇ ਮੈਂ ਹੋਰ ਵੀ ਬਣਾਉਣ ਦੀ ਕੋਸ਼ਿਸ਼ ਕਰੂੰਗੀ। ਬਾਕੀ ਮੈਨੂੰ ਆਈਡੀਆਜ਼ ਵੀ ਦੇ ਦਿਓ ਕਿ ਕਿਹੜੀਆਂ ਕਿਹੜੀਆਂ